ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਿਲਾਈ ਸੈਂਟਰ 'ਤੇ। ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਪਲਾਜੋ ਦੀ। ਪਲਾਜੋ ਨੂੰ ਕਿਸ ਤਰ੍ਹਾਂ ਕੱਟਿਆ ਜਾਂਦਾ ਇਸ ਵੀਡੀਓ 'ਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਜਿਵੇਂ ਕਿ ਆਪਾਂ ਨੂੰ ਦੇਖੋ ਬਹੁਤ ਸਾਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ, ਜਿਹੜੀ ਝੋਲੀ ਵਾਲੀ ਸਿਲਾਈ ਹੁੰਦੀ ਆ ਉਹ ਸੈੱਟ ਨਹੀਂ ਆਉਂਦੀ, ਉਹ ਸਿਲਾਈ ਚੜ੍ਹਦੀ ਹੁੰਦੀ ਹੈਗੀ, ਉਹਦਾ ਕੀ ਕਾਰਨ ਆ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ 'ਚ ਸਾਰੀ ਜਾਣਕਾਰੀ ਦੇਵਾਂਗੇ। ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ। ਚਲੋ ਸ਼ੁਰੂ ਕਰਦੇ ਹਾਂ ਜੀ ਆਪਣੀ ਵੀਡੀਓ। ਅੱਜ ਆਪਾਂ ਬਣਾਉਣੇ ਹੈਗਾ ਪਲਾਜੋ। ਪਲਾਜੋ ਦੀ ਜਿਹੜੀ ਲੰਬਾਈ ਹੈਗੀ ਆ, ਲੰਬਾਈ 33.5 ਆ ਪਲਾਜੋ ਦੀ। ਮੂਰੀ ਆ ਜਿਹੜੀ ਉਹ ਆਪਾਂ 14 ਰੱਖਾਂਗੇ, ਪੱਟ ਆ ਉਹ ਵੀ 11 ਗਾ, ਅਤੇ ਜਿਹੜੀ ਝੋਲੀ ਆ ਉਹ ਵੀ 11 ਰੱਖਣੀ ਆ। ਇਹ ਝੋਲੀ ਤੁਸੀਂ ਨਾਪ ਦੇ ਹਿਸਾਬ ਨਾਲ ਰੱਖਣੀ ਆ, ਕਈ ਵਾਰ ਨਾਪ ਵੱਡਾ ਛੋਟਾ ਹੁੰਦਾ ਤਾਂ ਉਹਦੇ ਹਿਸਾਬ ਨਾਲ ਰਹਿ ਜਾਂਦੀ ਹੈ, ਅਤੇ ਪੱਟ ਵੀ ਆਪਾਂ ਨਾਪ ਦੇ ਹਿਸਾਬ ਨਾਲ ਹੀ ਪਾਉਣੇ ਹੁੰਦੇ ਹਾਂ। ਜਿਵੇਂ ਕਿ ਨਾਪ ਵੱਡਾ ਹੋਵੇ ਛੋਟਾ ਹੋਵੇ ਉਹਦੇ ਹਿਸਾਬ ਨਾਲ ਪਾਈ ਜਾਂਦੀ ਹੈਗੀ। ਜਿਵੇਂ ਕਿ ਇਹ ਨਾਪ ਆਪਣਾ ਪਤਲਾ ਗਾ, ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਿਆਂਗੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਨੇ ਲੰਬਾਈ ਲੈਣੀ ਹੈ, ਜਿੰਨੀ ਲੰਬਾਈ ਹੈ। ਇਹ ਨਾ ਜਿਹੜਾ ਪਲਾਜੋ ਆ ਇਹ ਬਾਰਡਰ ਵਾਲਾ ਗਾ, ਦੇਖੋ ਆ ਸਾਈਡ 'ਤੇ ਬਾਰਡਰ ਆ ਇਹਦੇ, ਅਤੇ ਤਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਆਪਾਂ ਨੇ ਇਹਦੀ ਤੈਂ ਲਾ ਲਈ ਸੀ। ਪਹਿਲਾਂ ਜਿੰਨੀ ਲੰਬਾਈ ਆ ਪੂਰੀ ਪੂਰੀ ਆਪਾਂ ਨੇ ਲਾਉਣੀ ਆ, 33.5 ਲੰਬਾਈ ਆ ਤਿਆਰ ਜਮਾਂ 33.5 'ਤੇ ਆਪਾਂ ਨਿਸ਼ਾਨ ਲਾਵਾਂਗੇ। 33.5 'ਤੇ ਆਪਾਂ ਨੇ ਨਿਸ਼ਾਨ ਜਮਾਂ ਪੂਰਾ ਪੂਰਾ ਲਾ ਲਿਆ। ਉਹ ਤੋਂ ਬਾਅਦ 2 ਇੰਚ ਆਪਾਂ ਲਾਵਾਂਗੇ ਉੱਪਰ, ਜਿਹੜਾ ਦਬਾਅ ਦਾ ਨਿਸ਼ਾਨ ਆ ਉਹ, ਇਹ ਦਬਾਅ ਦਾ ਨਿਸ਼ਾਨ ਹੋ ਗਿਆ ਸਾਰਾ। ਫਿਰ ਆਪਾਂ ਨੇ ਜਿਹੜੇ ਆਪਾਂ ਨਿਸ਼ਾਨ ਲਾਉਣਾ ਗਾ ਝੋਲੀ ਦਾ, ਉਹ ਆਪਾਂ ਲਾਉਣਾ 13 ਇੰਚ 'ਤੇ। 13 ਇੰਚ 'ਤੇ ਆਪਾਂ ਨਿਸ਼ਾਨ ਲਾਵਾਂਗੇ। ਹੁਣੇ ਆਪਾਂ 13 ਇੰਚ 'ਤੇ ਨਿਸ਼ਾਨ ਲਾ ਲਿਆ। ਉਸ ਤੋਂ ਬਾਅਦ ਫਿਰ ਹੁਣ ਆਪਾਂ ਪਹਿਲਾਂ ਨਾ ਇਹਦੇ ਨਿਸ਼ਾਨ ਲਾਉਣੇ ਆ। ਹੁਣ ਇਹ ਆਪਣੇ ਨਿਸ਼ਾਨ ਲਾ ਲਏ। ਸਭ ਤੋਂ ਪਹਿਲਾਂ ਆਪਾਂ ਲਾਉਣਾ ਪੱਟ ਦਾ ਨਿਸ਼ਾਨ। ਪੱਟ ਹੈਗਾ ਆਪਣਾ 11 ਇੰਚ। ਜਿਵੇਂ ਕਿ ਇੱਥੋਂ ਨਾ ਆਪਣੀ ਇਹ ਜਿਹੜੀ ਖਤਮ ਹੁੰਦਾ ਗਾ, ਜਾਣੀ ਕਿ ਜਿਹੜਾ ਤਾਂ ਲਾਇਆ ਹੋਇਆ ਕੱਪੜਾ ਉਹ ਇੱਥੋਂ ਤੱਕ ਆਪਣਾ। ਹੁਣ 11 ਇੰਚ ਦੇਖੋ ਪੱਟ ਆ, 11 ਇੰਚ ਨਾ ਆਪਾਂ ਨੇ ਪੂਰਾ ਪੂਰਾ ਨਿਸ਼ਾਨ ਲਾਉਣਾ ਜਮਾਂ, ਜਿੰਨਾ ਪੱਟ ਆ ਉਨਾ ਆਪਾਂ ਨਿਸ਼ਾਨ ਲਾਵਾਂਗੇ। 11 ਇੰਚ ਪੱਟ ਆ, 11 ਇੰਚ ਨਿਸ਼ਾਨ ਲਾ ਲਿਆ, ਠੀਕ ਆ ਜੀ। ਉਸ ਤੋਂ ਬਾਅਦ 1.5 ਇੰਚ ਆਪਾਂ ਨੇ ਅੰਦਰ ਨਿਸ਼ਾਨ ਲਾਉਣਾ ਗਾ। ਆਪਾਂ ਤੁਹਾਨੂੰ ਇਸ ਤਰੀਕੇ ਨਾਲ ਦਿਖਾਉਣੇ ਕਰਕੇ, ਆਹ ਦੇਖੋ ਇੱਥੋਂ 1.5 ਆਪਾਂ ਅੰਦਰ ਲਾ ਲਿਆ ਨਿਸ਼ਾਨ, ਠੀਕ ਆ ਜੀ। ਜਦੋਂ ਹੁਣ 1.5 ਅੰਦਰ ਲਾ ਲਿਆ, ਹੁਣ ਜਿਹੜਾ ਆਪਾਂ ਨੇ ਇਸ ਤਰੀਕੇ ਨਾਲ ਪਹਿਲਾਂ 11 ਮਿਣਿਆ ਸੀ, ਉਹ 'ਚੋਂ 1.5 ਕੱਢ ਦਿਉ, ਠੀਕ ਆ ਜੀ। 9.5 ਰਹੀ ਆ, 9.5 ਹੀ ਆਪਾਂ ਨੇ ਉੱਪਰ ਨਿਸ਼ਾਨ ਲਾਉਣਾ ਗਾ। ਉਸ ਤੋਂ ਬਾਅਦ ਪਹਿਲਾਂ ਆਪਾਂ ਦੇਖੋ ਸਿੱਧਾ ਨਿਸ਼ਾਨ, ਜਿਵੇਂ ਕਿ ਕੱਪੜਾ ਮੋੜਿਆ ਹੋਇਆ ਨਹੀਂ ਪਤਾ ਲੱਗਦਾ, ਵੀ ਸਿੱਧਾ ਨਿਸ਼ਾਨ ਆਪਾਂ ਇਸ ਤਰੀਕੇ ਨਾਲ ਇਹਨੂੰ ਲਾ ਲੈਣਾ। ਫਿਰ ਆਪਾਂ ਨੂੰ ਆਈਡੀਆ ਹੋ ਜੂਗਾ ਵੀ ਕਿੱਥੋਂ ਤੱਕ ਆਪਾਂ ਨੇ ਮਿਣਤੀ ਜਿਹੜੀ ਇਹਦੀ ਕਟਾਈ ਕਰਨੀ ਆ। ਚਾਹੇ ਪੱਟੀ ਨਾਲ ਨਿਸ਼ਾਨ ਲਾ ਲਓ, ਚਾਹੇ ਤੁਸੀਂ ਇੱਦਾਂ ਲਾ ਲਓ ਜਿਵੇਂ ਆਪਾਂ ਲਾਈ ਜਾਂਦੇ ਹਾਂ। 9.5 'ਤੇ ਹੁਣ ਆਪਾਂ ਨਿਸ਼ਾਨ ਇੱਥੇ ਲਾਉਣਾ। 9.5 'ਤੇ ਨਿਸ਼ਾਨ ਲਾਤਾ,
ਉਸ ਤੋਂ ਬਾਅਦ ਹੁਣ ਆਪਾਂ ਸ਼ਕੀਰ ਨਾਲ ਨਿਸ਼ਾਨ ਲਾਵਾਂਗੇ। ਉਦੋਂ ਬਾਅਦ ਆਪਾਂ ਨੇ ਪਾਉਣੀ ਇਹਦੀ ਗਲਾਈ। ਇਹ ਗਲਾਈ ਪਾ ਕੇ ਹੁਣ ਅੱਧਾ ਇੰਚ ਆਪਾਂ ਨੇ ਜਿਹੜਾ ਇੱਥੇ ਨਿਸ਼ਾਨ ਲਾਇਆ ਨਾ, ਇਹਨੂੰ ਥੱਲੇ ਲਾਉਣਾ, ਅੱਧਾ ਕੁ ਇੰਚ ਹੀ ਲਾਉਣਾ, ਜ਼ਿਆਦਾ ਨਹੀਂ ਲਾਉਣਾ ਹੈਗਾ। ਇਹਨੂੰ ਆਪਾਂ ਤ੍ਰਿਕੋਣ ਜੀ ਬਣਾ ਦੇਣੀ ਹੈ ਇੱਕ, ਜਾਣੀ ਕਿ ਆਪਾਂ ਨੇ ਇੱਥੋਂ ਤੱਕ ਨਹੀਂ ਲੈ ਕੇ ਆਉਣਾ, ਇਹ ਆਪਾਂ ਇੱਥੋਂ ਕੁ ਤੱਕ ਇਹਦੀ ਤ੍ਰਿਕੋਣ ਬਣਾਉਣੀ ਆ। ਹਾਂਜੀ, ਇਹ ਜਿਹੜਾ ਆਪਾਂ ਅੱਧਾ ਇੰਚ ਲਾਉਣਾ ਥੱਲੇ ਉਹ ਵਾਲ, ਠੀਕ ਆ ਜੀ। ਇਸ ਤਰੀਕੇ ਨਾਲ ਇੰਚੀ ਟੇਪ ਧਰ ਲਓ, ਜਿਵੇਂ ਕਿ ਆਪਾਂ 11 ਲਾਇਆ ਸੀ, 11 ਦਾ ਆਪਾਂ ਅੱਧ ਕਰ ਲਓ। ਉਸ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਮੂਰੀ 'ਤੇ। ਹੁਣ ਆਪਾਂ ਮੂਰੀ ਦਾ ਨਿਸ਼ਾਨ ਲਾਉਣੇ ਆ। ਮੂਰੀ ਹੈਗੀ ਆ 7 ਇੰਚ, 7 ਇੰਚ ਆਪਾਂ ਨੇ ਮੂਰੀ ਦਾ ਨਿਸ਼ਾਨ ਲਾਉਣਾ ਗਾ। ਇੱਥੇ ਪੱਟਾ ਗਿਆ ਆਪਣਾ। ਹੁਣ ਆਪਾਂ ਇਹਦਾ ਨਾ ਵਿਚਾਲਾ ਕਰਾਂਗੇ। ਵਿਚਾਲਾ ਕਰਕੇ ਉਸ ਤੋਂ ਬਾਅਦ ਆਪਾਂ ਨੇ ਲਾਉਣਾ ਨਿਸ਼ਾਨ। ਐਂ ਆਪਣੇ ਫੱਟੀ ਧਰਨੀ ਹੈ ਇਹ। ਇਹ ਆਪਣਾ ਨਿਸ਼ਾਨ ਲੱਗ ਗਿਆ। ਉਸ ਤੋਂ ਬਾਅਦ ਜਿਹੜਾ ਇਹ ਨਿਸ਼ਾਨ ਲਾਇਆ ਅੱਧਾ ਇੰਚ ਆਪਣੇ ਅੰਦਰ ਰੱਖਣਾ, ਅਤੇ ਉਹਦਾ ਫਿਰ ਆਪਾਂ ਨਿਸ਼ਾਨ ਇੱਥੇ ਤੱਕ, ਜਿਵੇਂ ਕਿ ਇੱਥੋਂ ਤੱਕ ਆਪਣਾ ਪੱਟ ਸੀ, ਦੇਖੋ ਨਿਸ਼ਾਨ ਲੱਗਿਆ ਸੀ, ਇੱਥੋਂ ਤੱਕ ਹੀ ਇਹ ਆਪਾਂ ਨੇ ਸਿਲਾਈ ਥੋੜ੍ਹੀ ਜਿਹੀ ਅੰਦਰ ਕਰਨੀ ਹੈ। ਇੱਕ ਵਾਰੀ ਦੇਖੋ ਇਹ ਨਿਸ਼ਾਨ ਲੱਗ ਗਏ। ਉਸ ਤੋਂ ਬਾਅਦ ਜਿਹੜਾ ਹੁਣ ਇਹ ਨਿਸ਼ਾਨ ਆ, ਇਹਦਾ ਆਪਾਂ ਨਾ ਐਂ ਨਿਸ਼ਾਨ ਲਾਉਣਾ ਸਿੱਧਾ। ਇਹ ਇੱਕ ਵਾਰੀ ਸਿੱਧੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ। ਹੁਣ ਜਿਹੜੀ ਕਿ ਆ ਸਿਲਾਈ ਜਦੋਂ ਚੜ੍ਹਨ ਲੱਗ ਜਾਂਦੀ ਹੈ, ਹੁਣ ਆਪਾਂ ਉਹਦੀ ਸਮੱਸਿਆ ਦੱਸਦੇ ਹਾਂ ਵੀ ਉਹ ਕਿਵੇਂ ਠੀਕ ਕਰਨੀ ਆ। ਸਿੱਧਾ ਨਿਸ਼ਾਨ ਲਾ ਲਿਆ। ਨਿਸ਼ਾਨ ਲਾ ਕੇ ਹੁਣ ਆਪਾਂ ਇਧਰਲੀ ਸਾਈਡ ਨਿਸ਼ਾਨ ਲਾਉਣਾ। ਜਦੋਂ ਇਹ ਨਿਸ਼ਾਨ ਲਾ ਲਿਆ, ਹੁਣ ਆਪਾਂ ਇਹਨੂੰ ਪਲਟਾਉਣਾ, ਇਹਨੂੰ ਚੱਕਣਾ ਨਹੀਂ ਹੈਗਾ, ਆਪਾਂ ਇਸ ਤਰੀਕੇ ਨਾਲ ਇਹਨੂੰ ਪਲਟਾ ਲਾਂਗੇ। ਆਹ ਦੇਖੋ ਇੰਨਾ ਅੱਧੇ ਇੰਚ ਦਾ ਫਰਕ ਪੈ ਗਿਆ। ਜੇ ਹੁਣ ਆਪਾਂ ਇੱਦਾਂ ਹੀ ਕਟਾਈ ਕਰ ਦਿੰਦੇ ਤਾਂ ਜਿਹੜੀ ਇਹ ਸਿਲਾਈ ਆਪਣੀ ਇਹ ਚੜ੍ਹਨ ਲੱਗ ਜਾਂਦੀ, ਇਹੀ ਇਹਦੀ ਸਮੱਸਿਆ ਹੈਗੀ। ਪਰ ਇਹਨੂੰ ਆਪਾਂ ਇੱਥੇ ਨਿਸ਼ਾਨ ਲਾਉਣਾ। ਅੱਧਾ ਇੰਚ ਉਹੀ ਥੱਲੇ ਆ ਗਈ। ਜੇ ਹੁਣ ਆਪਾਂ ਸਿੱਧਾ ਹੀ ਕੱਟਦੇ ਸੀ ਤਾਂ ਫਿਰ ਜਿਹੜੀ ਆਹ ਜਿਹੜੀ ਸਮੱਸਿਆ ਆਉਂਦੀ ਆ ਸਿਲਾਈ ਚੜ੍ਹਨ ਦੀ, ਤਾਂ ਉਹ ਫਿਰ ਇਹਦੇ ਕਾਰਨ ਆਉਂਦੀ ਆ। ਅਤੇ ਜੇ ਇਹਨੂੰ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਕੇ ਥੱਲੇ ਲਾਹਾਂਗੇ ਤਾਂ ਇਹ ਜਿਹੜੀ ਸਮੱਸਿਆ ਉਹ ਨਹੀਂ ਆਉਂਦੀ ਇਹ 'ਚ, ਠੀਕ ਆ ਜੀ। ਉਸ ਤੋਂ ਬਾਅਦ ਹੁਣ ਆਪਾਂ ਲਾਉਣੀ ਹੈਗੇ ਨੀਚੇ ਨਿਸ਼ਾਨ ਵੀ ਲਾ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਮਾੜਾ ਜਿਹਾ, ਕਿਉਂਕਿ ਇਹਦੇ ਖੈਰ ਬਾਰਡਰ ਹੀ ਹੈਗਾ। ਜੇ ਨਾ ਬਾਰਡਰ ਹੋਵੇ ਫਿਰ ਤਾਂ ਉਹ ਹੁੰਦਾ।
ਲਓ ਜੀ ਇਹ ਨਿਸ਼ਾਨ ਜਿਹੜੇ ਹੁਣ ਆਪਣੇ ਲੱਗੇ ਇਹਨੂੰ ਆਪਾਂ ਥੋੜ੍ਹਾ ਜਿਹਾ ਡਾਰਕ ਕਰਨਾ ਨਿਸ਼ਾਨ ਨੂੰ ਇਹ ਦੇਖੋ ਹੈਗਾ ਮੂਰਲਾ ਪੱਲਾ ਵੀ ਜਿਹੜਾ ਪਲਾਜੋ ਦਾ ਕਿਵੇਂ ਕਟਾਈ ਹੁੰਦਾ ਦੇਖੋ ਉਹ ਆਪਾਂ ਤੁਹਾਨੂੰ ਸਾਰਾ ਦੱਸਿਆ ਹੁਣ ਉਦੋਂ ਬਾਅਦ ਆਪਾਂ ਕੱਟਾਂਗੇ ਬੈਕ ਸਾਈਡ ਲਓ ਜੀ ਹੁਣ ਆਪਾਂ ਇਹਦੀ ਕਰਦੇ ਹਾਂ ਕਟਾਈ ਪਹਿਲਾਂ ਆਪਾਂ ਦੇਖੋ ਗਲਾਈ ਇੱਥੇ ਪਾਈ ਸੀ ਜਦੋਂ ਆਪਾਂ ਨੇ ਫਿਰ ਤੁਹਾਨੂੰ ਦੱਸਿਆ ਵੀ ਅੱਧਾ ਇੰਚ ਆਪਾਂ ਨੇ ਥੱਲੇ ਲਾਉਣਾ ਤਾਂ ਕਰਕੇ ਫਿਰ ਆਪਾਂ ਉਹਦੇ ਹਿਸਾਬ ਨਾਲ ਇਹ ਗਲਾਈ ਪਾਈ ਹੈਗੀ ਹੁਣ ਜਿਹੜੀ ਇਹ ਆਪਾਂ ਅੱਧਾ ਇੰਚ ਥੱਲੇ ਲਾਈ ਸੀ ਫਿਰ ਹੁਣ ਆਪਾਂ ਇੱਥੋਂ ਤੱਕ ਲੈ ਕੇ ਆਉਣੀ ਆ ਲਓ ਜੀ ਹੁਣ ਜਿਹੜਾ ਮੂਰਲਾ ਪੱਲਾ ਇਹ ਕੱਟਿਆ ਗਿਆ ਹੁਣ ਆਪਾਂ ਕੱਟਦੇ ਹਾਂ ਬੈਕ ਸਾਈਡ ਇਹ ਆਪਾਂ ਨੇ ਦੇਖੋ ਜਿਹੜਾ ਬੈਕ ਸਾਈਡ ਹੈਗਾ ਕੱਪੜਾ ਉਹ ਵਿਛਾ ਲਿਆ ਤਾਂ ਇਹ ਲਾ ਲਈ ਉਸ ਤੋਂ ਬਾਅਦ ਜਿਹੜਾ ਮੂਰਲਾ ਫਰੰਟ ਆ ਉਹ ਆਪਣੇ ਉੱਪਰ ਧਰਤਾ ਹੁਣ ਜਿਹੜਾ ਦੇਖੋ ਇਹ ਬਦਮਾਂ ਕੱਪੜਾ ਹੈਗਾ ਵਧਾ ਕੇ ਰੱਖਿਆ ਹੋਇਆ ਗਾ ਦੇਖੋ ਇਹ ਘੱਟ ਕੱਪੜਾ ਗਾ ਅਤੇ ਹੁਣ ਜਿਹੜਾ ਆਪਾਂ ਤਾਂ ਦਬਾ ਇੱਥੋਂ ਰੱਖਣਾ ਗਾ ਇਹ ਆਪਾਂ ਰੱਖਣਾ ਡੂਢ ਇੰਚ ਡੂਢ ਇੰਚ 'ਤੇ ਆਪਾਂ ਨੇ ਨਿਸ਼ਾਨ ਲਾਇਆ ਗਾ ਡੂੜੇ 'ਚ ਨਿਸ਼ਾਨ ਲਾ ਕੇ ਇੱਥੋਂ ਨਾ ਆਪਾਂ ਤ੍ਰਿਕੋਣ ਬਣਾਉਣੀ ਆ ਇੱਥੋਂ ਇਸ ਤਰੀਕੇ ਨਾਲ ਬਣਾਉਣੀ ਆ ਉਹ ਤੋਂ ਬਾਅਦ ਜਿਹੜਾ ਹੁਣ ਆਪਾਂ ਨੇ ਇਹ ਵੱਧ ਰੱਖਣਾ ਗਾ ਇਹ ਰੱਖਣਾ ਆਪਾਂ ਡੂੜੇ 'ਚ ਡੂੜੀ 'ਚ ਵੱਧ ਰੱਖਣਾ ਅਤੇ ਜਿਹੜਾ ਇੱਥੋਂ ਆਪਾਂ ਨੇ ਰੱਖਣਾ ਗਾ ਇਹ ਆਪਾਂ ਰੱਖਣਾ 2.5 ਇੰਚ ਅਤੇ ਉਸ ਤੋਂ ਬਾਅਦ ਜਿਹੜਾ ਇਹ ਮੂਰੀ ਕੋਲੋਂ ਵੱਧ ਰੱਖਣਾ ਇਹ ਰੱਖਣਾ ਆਪਾਂ ਪੌਣੇ ਦੋ ਵੱਧ ਰੱਖਣਾ ਆਪਣੇ ਹੁਣ ਆਪਾਂ ਨਿਸ਼ਾਨ ਲਾਵਾਂਗੇ ਪਹਿਲਾਂ ਤਾਂ ਦੇਖੋ ਸਿੱਧਾ ਨਿਸ਼ਾਨ ਲਾਉਣੇ ਆ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਗਲਾਈ ਪਾਵਾਂਗੇ ਇਸ ਤਰੀਕੇ ਨਾਲ ਗਲਾਈ ਪਾਉਣੀ ਆਪਾਂ ਉਦੋਂ ਬਾਅਦ ਫਿਰ ਆਪਾਂ ਨੇ ਫੱਟੀ ਲੈਣੀ ਆ ਜਿੱਥੇ ਆਪਾਂ ਨਿਸ਼ਾਨ ਲਾਏ ਉੱਧਰੋਂ ਇੱਥੇ ਨਿਸ਼ਾਨ ਲਾਇਆ ਇਹ ਆਪਾਂ ਫੱਟੀ ਧਰਨੀ ਆ
ਇਹ ਜਿਹੜਾ ਥੱਲੋਂ ਰੱਖਣਾ ਥੱਲੋਂ ਐਂ ਸਿੱਧਾ ਰੱਖਣਾ ਗਾ ਆਪਾਂ ਨੇ, ਜਦੋਂ ਆਪਾਂ ਮੜਾਈ ਲਾਵਾਂਗੇ ਨਾ ਵੀ ਉਦੋਂ ਆਪਾਂ ਨੂੰ ਕੋਈ ਦਿੱਕਤ ਨਾ ਆਵੇ, ਇੱਥੋਂ ਤੁਸੀਂ ਥੱਲੋਂ ਨਾ ਤੁਸੀਂ ਗਲਾਈ ਪਾਓ, ਥੱਲੋਂ ਆਪਾਂ ਸਿੱਧਾ ਰੱਖ ਦਾਂਗੇ। ਇਹ ਆਪਣੇ ਹੁਣ ਨਿਸ਼ਾਨ ਲੱਗ ਗਏ ਦੇਖੋ, ਹੁਣ ਆਪਾਂ ਇਹਨੂੰ ਕੱਟਦੇ ਹਾਂ। ਪਹਿਲਾਂ ਆਪਾਂ ਸਾਈਡ ਤੋਂ ਕੱਟਣਾ, ਹੁਣ ਆਪਾਂ ਦੂਜੀ ਸਾਈਡ ਕਟਾਈ ਕਰਦੇ। ਇੱਥੋਂ ਲਿਆ ਕੇ ਹੁਣ ਆਪਾਂ ਇਹਦੀ ਗਲਾਈ ਪਾਉਣੀ ਹੈ, ਚਾਹੇ ਤਾਂ ਤੁਸੀਂ ਗਲਾਈ ਉੱਪਰੋਂ ਲਿਆ ਕੇ ਵੀ ਪਾ ਸਕਦੇ ਹੋ ਅਤੇ ਥੱਲੇ ਨੂੰ ਵੀ ਆਪਾਂ ਇਸ ਤਰੀਕੇ ਨਾਲ ਪਾ ਸਕਦੇ ਹਾਂ। ਲਓ ਇਹ ਆਪਣੀ ਪਲਾਜੋ ਦੀ ਕਟਾਈ ਹੈ ਜਿਹੜੀ, ਉਹ ਹੋ ਗਈ। ਵੀ ਕਿਸ ਤਰ੍ਹਾਂ ਕਟਾਈ ਕਰੀ ਜਾਂਦੀ ਹੈ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ 'ਚ ਦੱਸਿਆ, ਇਹ ਆਪਾਂ ਨੂੰ ਥੋ ਇਕੱਲੀ ਇਕੱਲੀ ਗੱਲ ਦੱਸੀ ਆ, ਕਿਉਂਕਿ ਪਿਛਲੀ ਵੀਡੀਓ 'ਚ ਤੁਸੀਂ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗੀ, ਇਸ ਕਰਕੇ ਆਪਾਂ ਇਸ ਵੀਡੀਓ ਹੌਲੀ ਹੌਲੀ ਆਪਾਂ ਵੀਡੀਓ ਬਣਾਈ ਆ ਵੀ ਤੁਹਾਨੂੰ ਸਾਰੀ ਗੱਲ ਦਾ ਇਹਦਾ ਪਤਾ ਲੱਗ ਸਕੇ ਵੀ ਕਿਵੇਂ ਆਪਾਂ ਨਿਸ਼ਾਨ ਲਾਉਣੇ ਆ, ਕਿਵੇਂ ਕਟਾਈ ਕਰਨੇ ਆ। ਇਹ ਆਪਣੀ ਅੱਜ ਦੀ ਵੀਡੀਓ, ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ।